ਇੱਦਾਂ ਜੀ, ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਅਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਅਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ, ਉਹਦੇ ਤਹਿਤ ਹੀ ਕਮਿਸ਼ਨਰੇਟ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। 3 ਦੋਸ਼ੀ ਅਸੀਂ ਫੜੇ ਆ, 4 ਹਥਿਆਰਾਂ ਨਾਲ, ਉਹਨਾਂ 'ਚ 0.32 ਬੋਰ ਦੇ 2-3 ਨੇ ਅਤੇ 1 ਹੈਗਾ 0.315 ਦਾ, ਨਾਲ ਲਾਈਵ ਰਾਊਂਡਸ ਨੇ। ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ, ਜਿਹੜੇ ਰੋਬਰੀ ਕਰਦੇ ਆ ਔਰ ਸਨੈਚਿੰਗ ਐਂਡ ਰੋਬਰੀ, ਔਰ ਉਹ ਵੀ ਪਿਸਟਲ ਦੀ ਨੋਕ 'ਤੇ। ਇਹ 'ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ, ਇਹ ਕਾਫੀ ਪੁਰਾਣਾ ਕ੍ਰਿਮੀਨਲ ਹੈ। ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਅਲੱਗ ਅਲੱਗ ਜ਼ਿਲ੍ਹਿਆਂ 'ਚ, ਇਹਨੇ ਪਹਿਲਾਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ, ਅਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਇੱਥੋਂ ਭੱਜਿਆ, ਪਹਿਲਾਂ ਤਰਨ ਤਾਰਨ ਇਹਨੇ ਰਿਹਾਇਸ਼ ਲਈ, ਫਿਰ ਉਸ ਤੋਂ ਬਾਅਦ ਗੁੱਜਰਪੁਰੇ, ਫਿਰ ਬੰਗੇ SBS ਨਗਰ ਨਵਾਂਸ਼ਹਿਰ 'ਚ, ਫਿਰ ਮੋਲ ਟਾਊਨ ਹੁਸ਼ਿਆਰਪੁਰ। ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ, ਔਰ ਇਹਦਾ ਬੈਕਗਰਾਊਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਅਤੇ ਜਰਨੈਲ, ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਤੋਂ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ। ਇਹ ਉਹਨਾਂ ਦਾ ਪੁਰਾਣਾ ਸਾਥੀ ਹੈ, ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿਨ੍ਹਾਂ 'ਚ ਵਾਂਟਿਡ ਸੀਗਾ, ਇਹ ਜੇ ਅਸੀਂ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ, ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 ਮੁਕੱਦਮੇ ਨੇ ਜੀ, 2023 ਦੇ ਕਾਫੀ ਮੁਕੱਦਮੇ ਨੇ, ਅਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕੱਦਮਾ ਜਿਹ 'ਚ ਇਹ PO ਹੈ। ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ, ਇਹ 'ਚ ਹਰੇਕ ਪਿਸਤੌਲ ਦੀ ਨੋਕ 'ਤੇ, ਕਿਤੇ ਕੁਛ ਪੈਸੇ ਨਕਦੀ ਖੋਈ, ਕਿਤੇ ਕੁਛ ਕੀਤਾ, ਔਰ ਕਈ ਵਾਰੀ ਹਵਾ 'ਚ ਫਾਇਰ ਵੀ ਕੀਤਾ ਜਾਂ ਸੜਕ 'ਤੇ ਫਾਇਰ ਕਰ ਦਿੱਤਾ। ਹੁਣ ਇਹਦੇ 'ਚ ਜਿਹੜੀ ਨਵੀਂ ਗੱਲ ਆਈ ਹੈ, ਇਹਨੇ ਇੱਕ ਆਪਣਾ ਹੋਰ ਮੋਡਸ ਅਪਰੈਂਡੀ ਚੇਂਜ ਕੀਤਾ, ਕਿਉਂਕਿ ਅੰਮ੍ਰਿਤਸਰ ਤੋਂ ਬਾਹਰ ਰਹਿ ਰਿਹਾ ਸੀਗਾ। ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਆ ਉਹਨਾਂ ਨੂੰ ਭਰਮਾਉਂਦਾ ਸੀ, ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ, ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਅਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ, ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ। ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ 20,000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45,000 ਦਾ ਬੱਚਿਆਂ ਨੂੰ ਵੇਚਦਾ ਸੀਗਾ, ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਅਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ, ਗੈਂਗ ਵਧਾਉਂਦਾ ਸੀ, ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ। ਇਹਦੇ ਨਾਲ 2 ਬੰਦੇ ਹੋਰ ਫੜੇ ਗਏ, ਇੱਕ ਮਨਪ੍ਰੀਤ ਏਲੀਅਸ ਮਨੀ ਹੈ, ਇਹ ਸੁਲਤਾਨਵਿੰਡ ਦਾ, ਜੋਗਾ ਸਿੰਘ ਏਲੀਅਸ ਬਿੱਲਾ, ਇਹ A ਡਿਵੀਜ਼ਨ, ਇਹਦੇ ਖਿਲਾਫ਼ ਵੀ ਪਹਿਲਾਂ ਪਰਚੇ ਦਰਜ ਨੇ। ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ। ਇਹਦੇ 'ਚ ਪ੍ਰਦੀਪ ਦੀ ਉਮਰ 31 ਸਾਲ ਹੈ, ਮਨਪ੍ਰੀਤ 20 ਸਾਲ ਹੈ, ਅਤੇ ਜੋਗਾ ਸਿੰਘ ਜਿਹੜਾ ਏਲੀਅਸ ਬਿੱਲਾ 19 ਸਾਲ ਹੈ। ਸੋ ਇਹਦੇ 'ਚ ਗੇਟ ਹਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਏ ACP ਸੁਰਿੰਦਰ, ਮੈਡਮ ਦਰਪਨ, ਹਰਪ੍ਰੀਤ ਮੰਡੇਰ ਜੀ ਸਾਡੇ DCP ਸਾਹਿਬ ਦੀ ਰਹਿਨੁਮਾਈ 'ਚ ਸਾਰਾ ਕੰਮ ਕੀਤਾ ਹੈ। ਤੋ ਮੈਨੂੰ ਅੱਛੀ ਕਾਮਯਾਬੀ ਮੰਗਦਾ, ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਤੋਂ ਕਨਫਰਮ ਕਰਨਾ ਜਿੱਥੇ ਰਹੇ, ਤਰਨ ਤਾਰਨ ਹੈ ਜਾਂ ਬੰਗਾ ਜਾਂ ਹੁਸ਼ਿਆਰਪੁਰ ਹੈ, ਵੀ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾਂ ਕੀਤੀਆਂ ਹੋਣ, ਇਹਨਾਂ ਦਾ ਰਿਮਾਂਡ ਲੈ ਕੇ ਅਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ।
ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ, ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂ। ਇਹ ਦਾਣਾ ਮੰਡੀ ਗੇਟ ਕੀਮਾ ਦੇ ਬੈਕ ਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਚੋਂ ਇਹ ਆਏ ਹੋਏ ਸੀਗੇ ਜੀ, ਰਹਿ ਰਹੇ। ਤੁਹਾਨੂੰ ਦੱਸਿਆ ਵੀ ਲੇਟੈਸਟ ਉੱਥੋਂ ਸੀਗੇ ਅਤੇ ਬਾਕੀ ਅੰਮ੍ਰਿਤਸਰ ਨੂੰ ਵੀ ਵਿਜ਼ਿਟ ਕਰਦੇ ਸੀ, ਕਿਉਂਕਿ ਇਹਨਾਂ ਦੇ ਪੈੜਾਂ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ। ਨਹੀਂ, ਇਹ ਇਨਫੋਰਮੇਸ਼ਨ ਬੇਸ ਫੜਿਆ ਗਿਆ ਜੀ, ਔਰ ਰਿਕਵਰੀਆਂ ਤਿੰਨਾਂ ਤੋਂ ਮਤਲਬ ਚਾਰ ਵੈਪਨ ਮਿਲ ਜਾਣੇ ਵਿਦ ਲਾਈਵ ਰਾਊਂਡਸ, ਔਰ ਇੰਨੇ ਕੇਸਾਂ 'ਚ ਵਾਂਟਡ ਹੋਣਾ ਬੰਦਾ, 6 ਕੇਸ ਜਿਹਨਾਂ 'ਚ ਅਰੈਸਟਡ ਇਹਦੀ ਵਾਂਟਡ ਹੈ, 7ਵਾਂ ਕੇਸ ਜਿਹੜਾ ਹੈਗਾ ਲੁਧਿਆਣੇ ਦਾ ਫੋਕਲ ਪੁਆਇੰਟ ਕਮਿਸ਼ਨਰੇਟ ਲੁਧਿਆਣੇ ਦਾ ਕੇਸ ਹੈ, ਉਹਦੇ 'ਚ ਵੀ ਇੱਦਾਂ ਹੀ ਵਾਰਦਾਤ ਜਿਹੜੀ ਰੋਬਰੀ ਦੀ ਹੋਈ ਹੈ। ਤੋ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ, ਬਿਕੋਜ਼ ਆਰਮਜ਼ ਐਕਟ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹਨਾਂ ਸੁਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਕਿ ਸ਼ਾਂਤੀ ਬਰਕਰਾਰ ਰੱਖਣ 'ਚ। ਮੈਂ ਦੱਸਿਆ ਬਦਲ ਤੁਹਾਨੂੰ ਨਹੀਂ, ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਹਾਂ ਇਹਨਾਂ ਦੇ ਬੰਦੇ, ਔਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋਲ ਆ ਰਹੇ ਨੇ ਸਾਹਮਣੇ। ਉਹ ਬੱਚਿਆਂ ਦਾ ਤਾਂ ਦੇਖੋ ਇੱਦਾਂ ਹੁੰਦਾ ਨਾ, ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਕਿਸੇ ਚੀਜ਼ 'ਚ ਨਹੀਂ ਇਨਵੋਲਵਡ ਤਾਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ। ਕੋਈ ਰਿਸਪੈਕਟੇਬਲ ਨੂੰ ਬੁਲਾਵਾਂਗੇ, ਪੇਰੈਂਟਸ ਨੂੰ ਬੁਲਾਵਾਂਗੇ ਕਿ ਇਹੋ ਜਿਹੇ ਬੱਚਿਆਂ ਨੂੰ ਨਾ ਫੋਲੋ ਕਰਨ। ਵੈਸੇ ਤਾਂ ਸਰ ਜਿਹੜੇ ਕੇਸ ਇਹਨਾਂ ਦੇ ਖਿਲਾਫ ਦਰਜ ਨੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੂੰ ਤੁਸੀਂ ਫੋਲੋ ਕਰ ਲਓਗੇ? ਸਪੈਸੀਫਿਕ ਪੁੱਛਣ ਦਾ ਮਤਲਬ ਇਹ ਸੀ ਕਿ ਕਿਹੜੇ ਕੇਸ ਦੇ ਵਿੱਚ ਤੁਸੀਂ ਪੈੜ ਨਾ ਪਦੇ ਆ ਰਹੇ? ਨਹੀਂ, ਦੇਖੋ ਸਾਡੇ 6 ਕੇਸ ਨੇ ਆਪਣੇ, ਜੇ ਮੈਂ ਤੁਹਾਨੂੰ ਦੱਸ ਹੀ ਦਿੰਦਾ 6 ਦੇ 6 ਕੇਸ। ਇਹਦੇ 'ਚ ਥਾਣਾ ਸੁਲਤਾਨਵਿੰਡ ਦਾ ਕੇਸ ਹੈ 1 ਨੰਬਰ, 62/23 ਹੈਗਾ ਗੇਟ ਹਕੀਮਾਂ ਦਾ ਜੀ, 48/23 ਸੀ ਡਿਵੀਜ਼ਨ ਦਾ, 83/23 ਸੀ ਡਿਵੀਜ਼ਨ ਦਾ, ਫਿਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ। ਇਹ ਸਾਰਾ ਮਤਲਬ ਸਾਡੇ ਏਰੀਏ 'ਚ ਵਾਂਟਡ ਸੀਗੇ ਇਹਨਾਂ ਕੇਸਿਸ ਦੇ ਵਿੱਚ। ਅਤੇ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲਸ ਦੇ ਖਿਲਾਫ, ਜਿੱਦਾਂ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪੋਲਿਸੀ ਹੈ, ਉਹਦੇ ਤਹਿਤ ਹੀ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ। ਨਹੀਂ, ਉਹੋ ਜਿਹੀ ਗੱਲ ਨਹੀਂ ਕੋਈ ਸਾਹਮਣੇ ਆਈ, ਪਰ ਅਜੇ ਪੁੱਛ ਕੇ ਜਾਰੀ ਹੈ, ਹੋਰ ਗੱਲਾਂ ਪਤਾ ਲੱਗਣਗੀਆਂ। ਕਈ ਵਾਰੀ ਮੁਲਜ਼ਮ ਦੀ ਆਦਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਦਾ ਪਤਾ ਉਹੀ ਗੱਲ ਦੱਸੋ, ਦੂਜੀ ਗੱਲ ਬੰਦਾ ਛੁਪਾਉਂਦਾ ਹੀ ਹੈ। ਇਹਨਾਂ ਦੇ ਨਾਲ ਦੇ ਬੰਦੇ ਸੀਗੇ, ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ। ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕ੍ਰਿਮੀਨਲੀ ਕਨੈਕਟਡ ਆ, ਔਰ ਪੁਰਾਣਾ ਬੰਦਾ ਇਹ ਇਸ ਕ੍ਰਿਮੀਨੈਲਿਟੀ ਦੇ ਵਿੱਚ ਰੰਗਿਆ ਹੋਇਆ, ਇਹ ਮੇਰਾ ਕਹਿਣ ਦਾ ਮਤਲਬ। ਨਹੀਂ, ਇਹ ਨਹੀਂ ਸੀਗਾ ਜੀ, ਇਹਦੇ ਸਾਥੀ ਸੀਗੇ ਜਿਹੜੇ ਉਹ ਨਾਲ ਦੇ ਗੈਂਗ ਮੈਂਬਰ, ਇਹ ਹੁਣ ਕਾਫੀ ਦੇਰ ਤੋਂ ਫਰਾਰ ਸੀਗਾ, ਮਤਲਬ ਤਕਰੀਬਨ 2-1.5-2 ਸਾਲ ਤੋਂ, ਔਰ ਵਾਰਦਾਤਾਂ ਦੇ ਵਿੱਚ ਵਾਂਟਡ ਸੀ।